ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਬ੍ਰਹਮ ਗਿਆਨੀ ਸੰਤ ਨਰਾਇਣ ਦਾਸ ਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਇਲਾਕੇ ਦੇ ਮਹਾਂਪੁਰਖਾਂ ਦੀ ਦੇਖ ਰੇਖ ਹੇਠ ਸਮੂਹ NRI ਵੀਰਾਂ ਅਤੇ ਨਗਰ ਨਿਵਾਸੀ ਪਿੰਡ ਜਾਤੀ ਕੇ ਸੰਗੋਚਲਾ ਤੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ ਵਾਲਿਆਂ ਦੀ ਯੋਗ ਅਗਵਾਈ ਹੇਠ ਸਾਲਾਨਾ ਜੋੜ ਮੇਲਾ ਤੇ ਗੁਰਮਤ ਸਮਾਗਮ ਗੁਰਦੁਆਰਾ ਨਰਾਇਣਸਰ ਸਾਹਿਬ ਜਾਤੀ ਕੇ ਸੰਗੋਜਲਾ ਵਿਖੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਨੂੰ ਸਾਲਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਔਰ ਸ਼੍ਰੀਮਾਨ ਸੰਤ ਬਾਬਾ ਨਰਾਇਣ ਦਾਸ, ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਉਹਨਾਂ ਦੀ ਸਾਲਾਨਾ ਬਰਸੀ ਹੈ ਤੇ ਇਲਾਕੇ ਦੀ ਸਾਰੀ ਸੰਗਤ ਵੱਲੋਂ NRI ਵੀਰਾਂ ਵੱਲੋਂ ਵੱਡਾ ਸਹਿਯੋਗ ਹੈ, ਮਹਾਂਪੁਰਖਾਂ ਵੱਲੋਂ ਵੱਡਾ ਸਹਿਯੋਗ ਹੈ। ਬੇਅੰਤ ਢਾਡੀ ਜਥੇ, ਕਵਿਤਰੀ ਜਥੇ, ਰਾਗੀ ਜਥੇ ਪਹੁੰਚ ਕੇ ਜਿਨ੍ਹਾਂ ਨੇ ਹਰਜਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸਤਿਗੁਰੂ ਮਿਹਰ ਕਰਨ ਇਸੇ ਤਰ੍ਹਾਂ ਸੰਗਤਾਂ ਗੁਰੂ ਸਥਾਨਾਂ ਤੇ ਜੁੜਦੀਆਂ ਰਹਿਣ, ਗੁਰੂ ਦੇ ਅਸਥਾਨ ਚੜ੍ਹਦੀ ਕਲਾ ਵਿੱਚ ਜਾਣ। ਇਸੇ ਤਰ੍ਹਾਂ ਅਸੀਂ ਆਪਣੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਰਹੀਏ, ਕਿਉਂਕਿ ਸਾਡੇ ਸਮਰੱਥ ਸਤਿਗੁਰੂ ਜੀ ਹਨ, ਯੁਗ ਯੁਗ ਅਟਲ ਹਨ। ਆਦਿ ਸੱਚ, ਜਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ ਦੇ ਪ੍ਰਤੀਕ ਹਨ। ਸੋ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਵੇਗਾ ਉਹਦਾ ਜੀਵਨ ਸਫਲ ਹੋ ਜਾਵੇਗਾ। ਆਈ ਸੰਗਤ ਨੂੰ ਜੀਵ ਆਇਆ, ਜਿੰਨੀਆਂ ਸੰਗਤਾਂ ਨੇ ਵੱਧ ਚੱਲ ਕੇ ਸੇਵਾ ਕੀਤੀ, ਸਤਿਗੁਰੂ ਮਿਹਰ ਕਰਨ, ਸਭ ਦੀਆਂ ਮਨੋਕਾਮਨਾ ਸੰਪੂਰਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀ ਭੰਗੜਾ ਅਕੈਡਮੀ ਵੱਲੋਂ ਤੀਆਂ ਦਾ ਪ੍ਰੋਗਰਾਮ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਔਰਤਾਂ ਨੇ ਪੰਜਾਬੀ ਪਹਿਰਾਵੇ ਪਾ ਕੇ ਬੋਲੀਆਂ ਪਾਈਆਂ ਤੇ ਸਾਡੇ ਪੁਰਾਤਨ ਸੱਭਿਆਚਾਰ ਨੂੰ ਮੁੜ ਸਰਜੀਵ ਕਰ ਦਿੱਤਾ। ਇਸ ਖਾਸ ਪ੍ਰੋਗਰਾਮ ਵਿੱਚ ਐਡੀਸ਼ਨਲ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੇ ਨਾਲ ਨਾਲ ਪੁਆਧ ਦੀ ਨਾਮਵਰ ਗਾਇਕਾ ਤੇ ਅਦਾਕਾਰਾ ਮੋਹਿਨੀ ਤੂਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਈ। ਇਸ ਖਾਸ ਮੌਕੇ ਤੇ ਭੰਗੜੇ, ਗਿੱਧੇ ਤੇ ਨਾਲ ਨਾਲ ਸੂਈ ਧਾਗਾ, ਚਮਚਾ, ਨਿੰਬੂ ਦੌੜ ਤੇ ਗਿੱਟੇ ਖੇਡਣਾ ਸ਼ਾਮਿਲ ਸੀ। ਪ੍ਰਬੰਧਕਾਂ ਨੇ ਇਸ ਖਾਸ ਮੌਕੇ ਤੇ ਕੁਲਦੀਪ ਸਿੰਘ ਦਫ਼ਤਰ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਉਸਤਾਦ ਜਸਵਿੰਦਰ ਸੰਜੂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਬਲਾਚੌਰ ਦੇ ਪਿੰਡ ਰੈਲ ਮਾਜਰਾ ਵਿਖੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਹ ਫੌਜੀ ਜਵਾਨ ਕਾਰਗਿਲ ਕਸ਼ਮੀਰ 'ਚ ਤੈਨਾਤ ਸੀ ਅਤੇ ਇਸ ਫੌਜੀ ਜਵਾਨ ਦੀ ਪਹਿਚਾਣ ਮਰਹੂਮ ਸ਼ਹੀਦ ਪ੍ਰਿੰਸਪਾਲ ਉਮਰ 34 ਸਾਲਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਰੈਲ ਮਾਜਰਾ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਨੇ ਦੱਸਿਆ ਹੈ ਕਿ ਇਹ ਫੌਜੀ ਜਵਾਨ ਕਾਰਗਿਲ ਕਸ਼ਮੀਰ ਵਿਖੇ ਤੈਨਾਤ ਸੀ ਤੇ ਅਚਾਨਕ ਉਹਨਾਂ ਦੀ ਸਿਹਤ ਦਿਲ ਦਾ ਦੌਰਾ ਪੈਣ ਕਰਕੇ ਵਿਗੜ ਗਈ, ਜਿੱਥੇ ਉਹ ਫੌਜੀ ਜਵਾਨ ਦੀ ਮੌਤ ਹੋ ਗਈ। ਦਾ ਇਹ ਨੌਜਵਾਨ ਪ੍ਰਿੰਸ ਸੀਗਾ ਜੀ, ਇਹ ਬੜੇ ਲੰਮੇ ਤੋਂ ਦੇਸ਼ ਦੀ ਸੇਵਾ ਦੇ ਵਿੱਚ ਭਰਤੀ ਹੋਇਆ, ਬੜੇ ਅਲੱਗ ਅਲੱਗ ਸਟੇਟਾਂ 'ਚ ਜਿਹਨਾਂ ਡਿਊਟੀ ਕੀਤੀ ਹੈ, ਹੁਣ ਇਹਦੀ ਕਸ਼ਮੀਰ 'ਚ ਡਿਊਟੀ ਸੀਗੀ ਅਤੇ ਬਹੁਤ ਵਧੀਆ ਹੋਣ ਹਰ ਲੜਕਾ ਸੀਗਾ ਜੀ। ਹੁਣ ਇਹਦੀ ਉੱਥੇ ਡਿਊਟੀ ਦੇ ਦੌਰਾਨ ਜਿਹੜੀ ਇਹ ਇਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ, ਇਹ ਮੌਤ ਹੋਈ ਇਹਨਾਂ ਦੀ ਉੱਥੇ। ਅਸੀਂ ਸਾਡੇ ਪਿੰਡ ਨੂੰ ਬੜਾ ਮਾਣ ਆ, ਜਿੱਥੇ ਜਿਹੜਾ ਦੁੱਖ ਹੋਇਆ ਕੋਈ ਹੈ ਨਹੀਂ, ਸਾਡੇ ਪਿੰਡ ਦਾ ਨੌਜਵਾਨ ਸੀਗਾ, ਬਹੁਤ ਸਾਡੇ ਪਿੰਡ ਦੁੱਖ ਜਿੱਥੇ ਹੋਇਆ ਉੱਥੇ ਇੱਕ ਦੁੱਖ ਹੋਰ ਬਹੁਤ ਵੱਡਾ ਹੋਇਆ ਵੀ ਇੱਕ ਪੁਲਿਸ ਦੇ SHOR ਚੌਂਕੀ 'ਚ ਛੱਡ ਗਏ, ਨਾ ਕੋਈ ਪੋਲੀਟੀਕਲ ਲੀਡਰ ਕਿਸੇ ਪਾਰਟੀ ਦਾ, ਨਾ ਮੌਜੂਦਾ ਸਰਕਾਰ ਦਾ, ਨਾ ਵਿਰੋਧੀ ਧਿਰ ਦਾ, ਨਾ ਹੋਰ ਕਿਸੇ ਪਾਰਟੀ ਦਾ। ਬੜੀ ਸ਼ਰਮ ਵਾਲੀ ਗੱਲ ਹੈ, ਨਾ ਪ੍ਰਸ਼ਾਸਨਿਕ ਕੋਈ ਅਧਿਕਾਰੀ ਜਿਵੇਂ SDM, ਤਹਿਸੀਲਦਾਰ ਵਗੈਰਾ ਜਾਂ ਕੁਛ ਹੋਰ। ਅਸੀਂ ਇਹਨਾਂ ਦਾ ਜਿਵੇਂ ਸਾਡੇ SHO ਸਾਹਿਬ ਅਤੇ ਚੌਂਕੀ ਇੰਚਾਰਜ ਨੇ ਜਦ ਆਏ ਹੈ, ਬਾਕੀ ਹੋਰ ਕੋਈ ਨਹੀਂ, ਨਾ ਕਿਸੇ ਪਾਰਟੀ ਦਾ ਲੀਡਰ, ਨਾ ਮੌਜੂਦਾ ਸਰਕਾਰ ਦਾ। ਬੜੀ ਦੁੱਖ ਦੀ ਹੈ, ਚਾਹੇ ਜਿਹੜੀ ਪਾਰਟੀ ਦਾ ਮਰਜ਼ੀ ਹੈ। ਕਈਆਂ ਨੂੰ ਫੋਨ ਵੀ ਕੀਤੇ ਗਏ ਹੈ
ਪਰ ਅੱਜ ਇੱਦਾਂ ਦੁੱਖ ਦੀ ਘੜੀ 'ਤੇ ਜਿੱਥੇ ਖੂਨਹਾਰ ਦੇਸ਼ ਦਾ ਨੌਜਵਾਨ ਸ਼ਹਾਦਤ ਪ੍ਰਾਪਤ ਕਰ ਗਿਆ, ਉੱਥੇ ਇਹਨਾਂ ਲੀਡਰਾਂ ਨੂੰ ਆਪਣੀ ਰਾਜਨੀਤੀ ਲਾਵਕ ਕੁਛ ਨਹੀਂ ਹੈ। ਜਦੋਂ ਕੋਈ ਸ਼ਰਧਾ ਦੇ ਫੁੱਲ ਭੇਟ ਕਰਨ ਇੱਥੇ ਹਰੇਕ ਨੂੰ ਆਉਣਾ ਚਾਹੀਦਾ ਸੀ। ਜਲੰਧਰ ਕਮਿਸ਼ਨਰ ਪੁਲਿਸ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਮਾੜੇ ਅਨਸਰਾਂ ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ। ਵਧੇਰੇ ਜਾਣਕਾਰੀ ਦਿੰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਧਮ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਕਾਲੀਆ ਕਲੋਨੀ ਜਲੰਧਰ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਬੀਤੇ ਦਿਨੀ ਮਕਸੂਦਾ ਸਬਜ਼ੀ ਮੰਡੀ ਵਿਖੇ ਕੁਝ ਸਨੈਕਸ ਖਾਣ ਗਿਆ ਸੀ ਤੇ ਉਹਨਾਂ ਦੱਸਿਆ ਕਿ ਫੂਡ ਸਟਾਲ ਤੇ ਉਧਮ ਸਿੰਘ ਦੀ ਕਾਰਤਿਕ ਅਤੇ ਮੋਹਿਤ ਮਲਹੋਤਰਾ ਨਾਲ ਲੜਾਈ ਹੋ ਗਈ, ਜਿਨ੍ਹਾਂ ਨੇ ਆਪਣੇ ਨਜਾਇਜ਼ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ। ਕਾਮਯਾਬੀ ਮਿਲੀ ਹੈ ਜੀ, ਜਿਸ ਵਿੱਚ ਸਾਡੀ ਨੌਰਥ ਸਬ ਡਿਵੀਜ਼ਨ ਦੇ SHO 1 ਨੇ ਜਿਹੜੀ ਗੋਲੀ ਚੱਲੀ ਸੀਗੀ ਸਬਜ਼ੀ ਮੰਡੀ ਮਕਸੂਦਾਂ ਦੇ ਵਿੱਚ, ਲੜਾਈ ਹੋਈ ਸੀ ਦੋ ਪਾਰਟੀਆਂ ਦੀ, ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਇਲੀਗਲ ਪਿਸਤੌਲਾਂ ਸਮੇਤ ਦੋ ਕਾਰਤੂਸ ਬਰਾਮਦ ਕੀਤੇ ਹੈ ਔਰ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਇਹ ਜਿਹੜੀ ਉਸ ਵੇਲੇ ਲੁੱਟਖੋਹ ਦੀ ਇਨਫੋਰਮੇਸ਼ਨ ਪਹਿਲਾਂ ਆਈ ਸੀ ਉਹ ਗਲਤ ਸਾਬਿਤ ਹੋਈ, ਇਹ ਲੜਾਈ ਝਗੜਾ ਹੋਇਆ ਸੀਗਾ, ਰੇਡੀ ਦੇ ਉੱਤੇ ਖੜ੍ਹੇ ਹੁੰਦੇ ਹਾਂ ਸਨੈਕਸ ਖਾ ਰਹੇ ਸੀਗੇ ਅਤੇ ਇੱਕ ਦੂਸਰੇ ਨਾਲ ਲੜਾਈ ਹੋਈ ਜਿਸ ਦੇ ਵਿੱਚ ਇੱਕ ਬੰਦੇ ਨੇ ਗੋਲੀ ਚਲਾਈ ਅਤੇ ਉਧਮ ਸਿੰਘ ਨਾਂ ਦਾ ਬੰਦਾ ਜਿਹਦੇ ਹੱਥ 'ਚ ਗੋਲੀ ਮਾਰੀ ਸੀ ਇਹਨਾਂ ਨੇ। ਨਹੀਂ, ਉੱਥੇ ਹੀ ਇਹਨਾਂ ਦੀ ਲੜਾਈ ਸ਼ੁਰੂ ਹੋਈ। ਉਹ ਜਿਹੜਾ ਊਧਮ ਸਿੰਘ ਸੀਗਾ ਜੀ, ਉਹ ਇੱਕ ਰੇਹੜੀ 'ਤੇ ਸਨੈਕਸ ਖਾ ਰਿਹਾ ਸੀ ਤਾਂ ਉਹਨੇ ਉੱਥੇ PCR ਦੀ ਵੈਨ ਆਈ, ਜਦੋਂ 'ਚ ਉਹਨੇ ਕਿਹਾ ਜੀ ਕਿ ਤੁਸੀਂ ਥੋੜ੍ਹਾ ਜਲਦੀ ਚੱਕਰ ਮਾਰੇਗਾ, ਇੱਥੇ ਚੋਰੀਆਂ ਚੋਰ ਚੂਰ ਬਹੁਤ ਘੁੰਮਦੇ ਆ, ਸਨੈਚਰ ਬਹੁਤ ਘੁੰਮਦੇ ਆ ਇੱਧਰ ਦੀ ਸਾਈਡ ਨੂੰ, ਅਤੇ ਉਹ ਚੱਕਰ ਤਾਂ ਵੈਸੇ ਮਾਰੇ ਸੀ। ਉੱਥੇ ਇੱਕ ਲੜਕਾ ਖੜਾ ਸੀ ਜਿਹੜਾ ਕਿ ਜਿਹਦਾ ਦੋਸ਼ੀ ਦਾ ਭਰਾ ਸੀਗਾ, ਉਹਨੇ ਕਿਹਾ ਵੀ ਤੂੰ ਕਿਵੇਂ ਕਹਿ ਦਿੰਦਾ ਚੋਰੀਆਂ ਜ਼ਿਆਦਾ ਹੁੰਦੀਆਂ, ਤੂੰ ਕਿਸੇ 'ਤੇ ਇਲਜ਼ਾਮ ਲਗਾਉਣਾ, ਕਿਉਂਕਿ ਇਹਦਾ ਭਰਾ ਆਲਰੇਡੀ ਚੋਰੀ ਦੇ ਕੇਸ ਦੇ ਵਿੱਚ ਪਕੜਿਆ ਜਾ ਚੁੱਕਾ। ਉਹਨੂੰ ਲੱਗਿਆ ਕਿ ਸ਼ਾਇਦ ਮੈਨੂੰ ਕਿਹਾ, ਤਾਂ ਆਪਸ 'ਚ ਉਹਨਾਂ ਦੀ ਤਕਰਾਰ ਵਜੇ ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਅਤੇ ਫਿਰ ਉੱਥੇ ਆ ਕੇ ਉਹਨਾਂ ਦਾ ਆਪਸ 'ਚ ਲੜਾਈ ਝਗੜਾ ਹੋ ਗਿਆ ਅਤੇ ਉਹ ਗੋਲੀ ਚਲਾ ਦਿੱਤੀ। ਇਹ ਦੋਨਾਂ ਦੇ ਉੱਤੇ ਦੋ ਜਣੇ ਸੀਗੇ ਜੀ, ਦੋਨਾਂ ਦੇ ਉੱਤੇ ਮੁਕੱਦਮੇ ਦਰਜ, ਜਿਹੜਾ ਭਰਾ ਸੀ ਉੱਤੇ ਇੱਕ ਮੁਕੱਦਮਾ ਦਰਜ, ਜਿਹੜਾ ਨਾਲ ਉਹਦਾ ਸਾਥੀ ਸੀ ਉੱਤੇ 3 ਮੁਕੱਦਮੇ ਦਰਜ ਆਲਰੇਡੀ। ਇਹ ਜਿਹੜਾ ਇੱਕ ਹੈ ਸੀ, ਨਹੀਂ ਵਾਰਦਾਤ ਨਹੀਂ ਕਰਨੀ ਸੀ, ਇਹ ਤਾਂ ਇਸੇ ਕਰਕੇ ਆਏ ਸੀ ਕਿ ਉਹਦੇ ਬ੍ਰਦਰ ਨੇ ਬੁਲਾਇਆ ਸੀ, ਅਦਰਵਾਈਜ਼ ਲੜਾਈ ਝਗੜਾ ਕਰਨ ਹੀ ਆਏ ਸੀ, ਅਦਰਵਾਈਜ਼ ਪਹਿਲਾਂ ਵੀ ਇਹਨਾਂ ਦੇ ਉੱਤੇ ਲੜਾਈ ਝਗੜੇ ਦੇ ਕੇਸ ਦਰਜ ਸੀ। ਜੀ ਜੀ, ਆਪਣੇ ਬ੍ਰਦਰਸ ਨੂੰ ਬੁਲਾਇਆ, ਉਹ ਹਾਲੇ ਉੱਥੇ ਖਾ ਪੀ ਰਿਹਾ ਸੀਗਾ ਅਤੇ ਉਹਨੂੰ ਆ ਕੇ ਉਹਦੇ ਨਾਲ ਬਹਿਸ ਵਧਾਈ, ਲੜਾਈ ਹੋਈ ਅਤੇ ਉਹਨੂੰ ਗੋਲੀ ਮਾਰ ਦਿੱਤੀ। ਇਹਦੇ ਪਹਿਲਾਂ ਵੀ ਲੜਾਈ ਝਗੜੇ ਹੋਏ ਜੀ, ਇਹ ਕੋਮਾ ਦੇ ਵਿੱਚ ਸੀਗਾ ਲੜਕਾ ਔਰ ਉੱਥੋਂ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਹੀ ਠੀਕ ਹੋਇਆ ਔਰ ਨੋਰਮਲ ਹੋ ਕੇ ਆਇਆ ਵਾਪਸ ਅਤੇ ਫਿਰ ਦੁਬਾਰਾ ਇਹਨੇ ਕੰਮ ਕਾਰਾ ਕੀਤਾ। ਇਹਦੇ ਉੱਤੇ ਪਹਿਲਾਂ ਇੱਕ ਚੋਰੀ ਦਾ ਕੇਸ ਹੈ ਜੀ। ਇਹ ਦੋਨੋਂ ਜੀ ਡਿਵੀਜ਼ਨ ਨੰਬਰ 1 ਦੇ ਹੀ ਰਹਿਣ ਵਾਲੇ ਨੇ, ਇੱਕ ਅਮਨ ਨਗਰ ਦਾ ਹੈਗਾ, ਇੱਕ ਨਾਗਰਾ ਪਿੰਡ ਦਾ ਹੈਗਾ ਜੀ। ਲੜਾਈ ਝਗੜੇ ਦੀ 326 ਵੀ ਲੱਗੀ ਹੈ, 307 ਵੀ। ਇਹ ਤਾਂ ਹੁਣ ਸਾਡੇ ਜਿਹੜਾ ਅਸੀਂ FIR ਲਾਂਚ ਕੀਤੀ ਸੀ 127 ਨੰਬਰ, ਉਹਦੇ ਵਿੱਚ ਇਹ ਬਰਾਮਦ ਹੋਇਆ 109-35 NBNS ਦੇ ਵਿੱਚ ਕੀਤੀ ਸੀ, ਨਾਲ 2500। ਇੱਕ ਗੋਲੀ ਲੱਗੀ ਜੀ ਉਹਦੇ ਸੱਜੇ ਹੱਥ ਦੇ ਵਿੱਚ, ਦੋ ਫਾਇਰ ਹੋਏ ਸੀਗੇ।
ਗ੍ਰਿਫ਼ਤਾਰ ਕਰ ਲਿਆ। ਮੁੱਠਭੇੜ ਵਿੱਚ ਕੰਨੂ ਗੁੱਜਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ। ਹਥਿਆਰਾਂ ਦੀ ਸ਼ਰਾਰਤੀ ਬਰਾਮਦਗੀ ਬਾਅਦ ਦੀਆਂ ਖੋਜਾਂ ਵਿੱਚ ਜ਼ਬਤ ਕੀਤੇ ਗਏ ਵਾਧੂ 6 ਹਥਿਆਰਾਂ ਦੇ ਨਾਲ ਕੁੱਲ ਬਰਾਮਦ ਕੀਤੇ ਗਏ ਹਥਿਆਰਾਂ ਦੀ ਗਿਣਤੀ 8 ਹੋ ਗਈ। ਬਰਾਮਦ ਹਥਿਆਰਾਂ ਵਿੱਚ 8 ਪਿਸਤੌਲ, 55 ਜਿੰਦਾ ਰੌਂਦ ਅਤੇ 8 ਕਾਰਤੂਸ ਸ਼ਾਮਿਲ ਹਨ। ਨੰਗਲ ਵਿਖੇ ਅੱਜ ਭਾਜਪਾ ਸੰਸਦ ਬੋਰਡ ਅਤੇ ਮੁੱਖ ਚੋਣ ਕਮੇਟੀ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਨੰਗਲ ਦਾ ਦੌਰਾ ਕੀਤਾ। ਉਹ ਅੱਜ ਨੰਗਲ ਵਿਖੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਲਈ ਪਹੁੰਚੀ। ਇਹ ਪ੍ਰੋਗਰਾਮ ਆਪਣੇ ਆਪ ਵਿੱਚ ਵਿਲੱਖਣ ਸੀ ਕਿਉਂਕਿ ਸਰਦਾਰ ਇਕਬਾਲ ਸਿੰਘ ਲਾਲਪੁਰਾ ਆਪਣੇ ਨਿੱਜੀ ਹੈਲੀਕਾਪਟਰ ਵਿੱਚ ਇਸ ਆਪਰੇਸ਼ਨ ਵਿੱਚ ਪਹੁੰਚੇ ਸਨ। ਇਸ ਮੌਕੇ ਨੰਗਲ ਦੇ ਭਾਜਪਾ ਵਰਕਰਾਂ ਤੇ ਸਥਾਨਕ ਵਸਨੀਕਾਂ ਵਿੱਚ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਪੰਜਾਬ ਸਾਡੀ ਆਪਣੀ ਧਰਤੀ ਹੈ, ਅਸੀਂ ਪੰਜਾਬ ਦੀਆਂ ਦੇ ਘਰ ਘਰ ਗਏ, ਸਾਡੀ ਅੱਗੇ ਨਾਲੋਂ ਵੋਟ ਜਿਹੜੀ ਪਰਸੈਂਟੇਜ ਹੈ 3 ਗੁਣਾ ਵੱਧ ਗਈ, 19% ਵੱਧ ਗਈ। ਅਸੀਂ ਦੋਵੇਂ ਗੱਲਾਂ ਪੰਜਾਬ ਦੀਆਂ, ਮੈਂ ਆਪ ਕਿਸਾਨ ਹੈ, ਕਿਸਾਨੀ ਘਾਟੇ ਦਾ ਸੌਦਾ, ਮੋਦੀ ਜੀ ਨੇ ਬਹੁਤ ਕੁਛ ਕੀਤਾ ਕਿਸਾਨੀ ਲਈ, ਜਿਹੜੀ ਹੈ ਕਿਸਾਨ ਸਨਮਾਨ ਨਿਧੀ, ਯੂਰੀਆ, ਹੋਰ ਬਹੁਤ ਕੁਛ ਕਰਨ ਦੀ ਲੋੜ ਹੈ। ਲੇਕਿਨ ਇੱਕੋ ਚੀਜ਼ ਹੈ ਕਿ ਅਸੀਂ ਕਦੇ ਵੀ ਅਮਨ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ। ਅਮਨ ਸ਼ਾਂਤੀ ਲਈ ਆਪਾਂ ਸਾਰੇ ਮਿਲ ਕੇ ਕੰਮ ਕਰੀਏ। ਕੋਈ ਵੀ ਪ੍ਰਧਾਨ ਮੰਤਰੀ, ਮੈਂ ਇਸ ਗੱਲ ਦਾ, ਕਿਉਂਕਿ ਇੱਕ ਲੇਖਕ ਹੈ, ਮੈਂ ਇਹਦੇ 'ਤੇ ਕਿਤਾਬ ਵੀ ਲਿਖੀ ਹੈ, ਅੱਜ ਤਾਈਂ ਕਿਸੇ ਪ੍ਰਧਾਨ ਮੰਤਰੀ ਨੇ ਇੰਨਾ ਕੰਮ ਨਹੀਂ ਕੀਤਾ ਜਿੰਨਾ ਪੰਜਾਬ ਲਈ, ਖਾਸ ਕਰਕੇ ਸਿੱਖਾਂ ਲਈ ਮੋਦੀ ਜੀ ਨੇ ਕੀਤਾ। ਅਤੇ ਉਹਨਾਂ ਦੀ ਜਿਹੜੀ ਪੰਜਾਬ ਪ੍ਰਤੀ ਸੋਚ ਹੈ, ਪੰਜਾਬ ਪ੍ਰਤੀ ਉਹਨਾਂ ਦਾ ਪਿਆਰ ਹੈ, ਇਹਦਾ ਲਾਹਾ ਸਾਨੂੰ ਲੈਣਾ ਚਾਹੀਦਾ। ਸਰ, ਜਦੋਂ ਅਕਾਲੀ ਭਾਜਪਾ ਇਕੱਠਜੋੜ ਸੀਗਾ ਉਸ ਟਾਈਮ, ਘਰ ਘਰ ਗਏ, ਸਾਡੀ ਅੱਗੇ ਨਾਲੋਂ ਵੋਟ ਜਿਹੜੀ ਪਰਸੈਂਟੇਜ ਹੈ 3 ਗੁਣਾ ਵੱਧ ਗਈ, 19% ਵੱਧ ਗਈ। ਅਸੀਂ ਦੋਵੇਂ ਗੱਲਾਂ ਪੰਜਾਬ ਦੀਆਂ, ਮੈਂ ਆਪ ਕਿਸਾਨ ਹੈ, ਕਿਸਾਨੀ ਘਾਟੇ ਦਾ ਸੌਦਾ, ਮੋਦੀ ਜੀ ਨੇ ਬਹੁਤ ਕੁਛ ਕੀਤਾ ਕਿਸਾਨੀ ਲਈ, ਜਿਹੜੀ ਹੈ ਕਿਸਾਨ ਸਨਮਾਨ ਨਿਧੀ, ਯੂਰੀਆ, ਹੋਰ ਬਹੁਤ ਕੁਛ ਕਰਨ ਦੀ ਲੋੜ ਹੈ। ਲੇਕਿਨ ਇੱਕੋ ਚੀਜ਼ ਹੈ ਕਿ ਅਸੀਂ ਕਦੇ ਵੀ ਅਮਨ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ। ਅਮਨ ਸ਼ਾਂਤੀ ਲਈ ਆਪਾਂ ਸਾਰੇ ਮਿਲ ਕੇ ਕੰਮ ਕਰੀਏ। ਕੋਈ ਵੀ ਪ੍ਰਧਾਨ ਮੰਤਰੀ, ਮੈਂ ਇਸ ਗੱਲ ਦਾ, ਕਿਉਂਕਿ ਇੱਕ ਲੇਖਕ ਹੈ, ਮੈਂ ਇਹਦੇ 'ਤੇ ਕਿਤਾਬ ਵੀ ਲਿਖੀ ਹੈ, ਅੱਜ ਤਾਈਂ ਕਿਸੇ ਪ੍ਰਧਾਨ ਮੰਤਰੀ ਨੇ ਇੰਨਾ ਕੰਮ ਨਹੀਂ ਕੀਤਾ ਜਿੰਨਾ ਪੰਜਾਬ ਲਈ, ਖਾਸ ਕਰਕੇ ਸਿੱਖਾਂ ਲਈ ਮੋਦੀ ਜੀ ਨੇ ਕੀਤਾ। ਅਤੇ ਉਹਨਾਂ ਦੀ ਜਿਹੜੀ ਪੰਜਾਬ ਪ੍ਰਤੀ ਸੋਚ ਹੈ, ਪੰਜਾਬ ਪ੍ਰਤੀ ਉਹਨਾਂ ਦਾ ਪਿਆਰ ਹੈ, ਇਹਦਾ ਲਾਹਾ ਸਾਨੂੰ ਲੈਣਾ ਚਾਹੀਦਾ। ਸਰ, ਜਦੋਂ ਅਕਾਲੀ ਭਾਜਪਾ ਇਕੱਠਜੋੜ ਸੀਗਾ ਉਸ ਟਾਈਮ, ਚੰਡੀਗੜ੍ਹ ਵਿਧਾਨ ਸਭਾ ਵਿੱਚ ਗਏ ਸੀ ਖੇਤੀਬਾੜੀ ਯੋਗ ਨੀਤੀ ਨੂੰ ਲਾਗੂ ਕਰਵਾਉਣ ਦੇ ਲਈ, ਪਰ ਉਹ ਕਹਿ ਰਹੇ ਵੀ ਕੇਂਦਰ ਸਰਕਾਰ ਨੇ ਸਾਡੇ ਨਾਲ ਬਣਾਉਣ ਵਾਸਤੇ ਕਹਿ ਰਹੇ ਹੋ ਜੀ? ਦੇਖੋ, ਖੇਤੀਬਾੜੀ ਲਈ ਜੋ ਮੋਦੀ ਸਾਹਿਬ ਨੇ ਕੰਮ ਕੀਤਾ ਉਹ ਲਾਗੂ ਹੋ ਚੁੱਕਾ, ਹਰ ਇੱਕ ਕਿਸਾਨ ਨੂੰ ਸਨਮਾਨ ਦੀ ਵੀ ਮਿਲ ਰਹੀ ਹੈ, ਹਰ ਇੱਕ ਕਿਸਾਨ ਦਾ ਜਿਹੜੀ ਫਸਲ ਹੈ, ਮੈਨੂੰ ਦੱਸੋ ਕਿਹੜੇ ਦਾ ਝੋਨਾ ਰਹਿ ਗਿਆ ਚੁੱਕਣ ਵਾਲਾ, ਕਿਹੜੇ ਦੀ ਕਣਕ ਰਹਿ ਗਈ ਚੁੱਕਣ ਵਾਲੀ, ਕਿਹੜੇ ਦਾ ਕਮਾਦ ਰਹਿ ਗਿਆ ਚੁੱਕਣ ਵਾਲਾ, ਜਿਹੜੀਆਂ ਬਾਕੀ ਫਸਲਾਂ। ਹੁਣ ਸਾਡਾ ਚਾਹੀਦਾ ਫੂਡ ਪ੍ਰੋਸੈਸਿੰਗ ਕਰਨਾ, ਜਿਹਦੇ ਅਸੀਂ ਪੈਸੇ ਦੀ ਆਪਣੀ ਕੀਮਤ ਵਧਾ ਸਕੀਏ। ਅਸੀਂ ਪਾਣੀ ਦਾ ਪ੍ਰਬੰਧ ਕਰਨਾ ਯੋਗ, ਜਿਹੜਾ ਸਾਡੇ ਇੱਥੇ ਪਾਣੀ ਸੁੱਕਦਾ ਜਾ ਰਿਹਾ, 500 ਫੀਟ ਥੱਲੇ ਪਾਣੀ ਚਲਾ ਗਿਆ, ਇਹਨੂੰ ਬਹਿ ਕੇ ਚਰਚਾ ਕਰਨ ਦੀ ਲੋੜ ਹੈ। ਮਿਲ ਕੇ ਅਸੀਂ ਸਾਰੇ ਹੀ ਜਿਹੜੇ ਆ ਨਾ, ਪਿਆਰ ਦੇ ਪੰਧ ਹੀ ਹੈ, ਅਤੇ ਪਿਆਰ ਦਾ ਮਾਰਗ ਹੀ ਸਾਨੂੰ ਅੱਗੇ ਲੈ ਕੇ ਜਾਣ ਵਾਲਾ ਆ। ਮੈਂ ਆਪ ਕਿਸਾਨ ਹਾਂ, ਕਿਸਾਨੀ ਘਾਟੇ ਦਾ ਸੌਦਾ, ਇਹਦੇ ਲਈ ਅਸੀਂ ਵੀ, ਪ੍ਰਧਾਨ ਮੰਤਰੀ ਜੀ ਹਮੇਸ਼ਾ ਸੋਚਦੇ ਰਹਿੰਦੇ ਆ,
ਜਿੰਨੀਆਂ ਸਕੀਮਾਂ ਨੇ 225 ਦੇ ਕਰੀਬ ਸਕੀਮਾਂ ਆਮ ਸ਼ਹਿਰੀ ਦੇ ਵਿਕਾਸ ਲਈ ਹੈ, ਆਓ ਪਿੰਡ ਪੱਧਰ 'ਤੇ ਲਾਗੂ ਕਰੀਏ, ਉਹਦਾ ਫਾਇਦਾ ਉਠਾਈਏ। ਭਾਜਪਾ ਅਤੇ ਅਕਾਲੀ ਦਲ ਤੋਂ ਬਗੈਰ ਜਿੱਤ ਪ੍ਰਾਪਤ ਨਹੀਂ ਹੋਊਗੀ ਜੀ? ਦੇਖੋ, ਅਸੀਂ ਸੁਨੇਹਾ ਪਿਆਰ ਦਾ ਜਿਸ ਧਰਤੀ 'ਤੇ ਅਸੀਂ ਖੜ੍ਹੇ ਹਾਂ, ਇਸ ਧਰਤੀ 'ਤੇ ਇੱਕੋ ਹੀ ਗੱਲ ਹੋਈ ਹੈ, ਸਾਚ ਕਹੋ ਸੁਣ ਲਏ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰੇਮ ਦਾ ਸੁਨੇਹਾ ਹਰ ਘਰ 'ਚ ਲੈ ਕੇ ਜਾਵਾਂਗੇ। ਹਰ ਘਰ ਦੇ ਵਿੱਚ ਇੱਕੋ ਹੀ ਗੱਲ ਇੱਥੇ ਹੋਈ ਹੈ ਕਿ ਇਸ ਧਰਤੀ 'ਤੇ ਗੀਤ ਗਾਇਆ ਗਿਆ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਜਦੋਂ ਸਾਰਾ ਦੇਸ਼ ਅੱਗੇ ਵੱਧ ਰਿਹਾ ਅਤੇ ਪੰਜਾਬ ਦੇ ਅੱਗੇ ਵਧਣ 'ਚ ਜਿਹੜੀਆਂ ਰੁਕਾਵਟਾਂ ਨੇ ਉਹਨਾਂ ਨੂੰ ਸਾਨੂੰ ਦੂਰ ਕਰਨਾ ਚਾਹੀਦਾ। ਮੈਂ ਸ਼ਰਮਿੰਦਾ ਹਾਂ ਇੱਕ ਸਿੱਖ ਹੋਣ ਦੇ ਨਾਤੇ, ਅਸੀਂ ਪੰਜਾਬ ਦੇ ਵਿੱਚ ਅੱਜ ਚਰਚਾ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਜਿਨ੍ਹਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਰੱਖਣ ਲਈ ਆਪਣੀ ਜਾਨ ਦੀਆਂ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ, ਅੱਜ ਅਸੀਂ ਫੈਸਲਾ ਇਹ ਕਰ ਰਹੇ ਹਾਂ ਕਿ ਕੌਣ ਕੌਣ ਦੋਸ਼ੀ ਹੈ, ਕੌਣ ਕੌਣ ਨਹੀਂ ਦੋਸ਼ੀ। ਮੈਂ ਅੱਜ ਵੀ ਲਿਖਿਆ ਸੀ ਫੇਸਬੁੱਕ 'ਤੇ ਕਿ ਇੱਕ ਇੱਕ ਸਹਿਜ ਪਾਠ ਕਰੀਏ, ਮਾਫ਼ੀ ਮੰਗੀਏ ਗੁਰੂ ਤੋਂ। ਅਸੀਂ ਵੀ ਕਿਸੇ ਢੰਗ ਨਾਲ ਇਸ ਗੁਸਤਾਖੀ ਦੇ ਜ਼ਿੰਮੇਵਾਰ ਹੈ ਕਿ ਅਸੀਂ ਆਪਣੇ ਬਾਪ ਦੀ ਰਾਖੀ ਨਾ ਕਰੀਏ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਉਹਦੀ ਅਸੀਂ ਸਿਫਤ ਜਿਹੜੀ ਹੈ ਗੁਰੂ ਦਾ ਸੁਨੇਹਾ ਘਰ ਘਰ ਲਿਜਾਣ ਲਈ, ਗੁਰੂ ਦਾ ਪਿਆਰ ਘਰ ਘਰ ਲਿਜਾਣ ਲਈ ਅਸੀਂ ਪੂਰਾ ਯਤਨ ਕਰਾਂਗੇ। ਦੋਸਤੋ, ਇਸ ਸਾਡੀਆਂ ਅੱਜ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ, ਰੱਬ ਰੱਖਾ।